सिकारा मैं गलत सिंह इंस्ट्रक्टर डी एम बाबू ने रेडी क्वेश्चन आज आप पहले पिछली वीडियो में गल की थी आप टर्बो चार्जर बारे आज आप टॉपिक है कनेक्ट कराना कनेक्ट कराना आ कनेक्ट कराना डायग्राम इस पर सब कनेक्ट कराना की है कनेक्ट कराना एक लोहे की शाड़ है जिस विच दो होल हैं एक ऊपर एक नीचे आज आप इस डायग्राम थ्रू दा इस दे पार्ट आप समझ लीजिए स्मॉल एंड बारे स्मॉल एंड बारे पिस्टन नाल जुड़ी होती है ये गियर पिन की मदद नाल पिस्टन नाल जुड़ी होती है उस तो नीचे इसका भाग शाफ्ट जिसे आप बॉडी भी कह सकते हैं उस तो ये नीचे इसका भाग बिग एंड जो कि क्रैंक शाफ्ट के क्रैंक पिन नाल जुड़ी होती है अते कनेक्ट इस तो बाद अपन गल करें कनेक्टिंग रॉड की किस्म कनेक्टिंग रॉड दे ज्यादातर इंजन विच दो तरह दी किस्म होती है सिंगल पीस कनेक्टिंग रॉड ते टू पीस कनेक्टिंग रॉड ਹੁਣ ਆਪਾਂ ਗੱਲ ਕਰਦੇ ਹਾਂ ਸਿੰਗਲ ਪੀਸ ਕਨੈਕਟਿੰਗ ਰਾਡ ਸਿੰਗਲ ਪੀਸ ਕਨੈਕਟਿੰਗ ਰਾਡ ਛੋਟੇ ਇੰਜਨ ਬਹੁਤ ਛੋਟੇ ਇੰਜਨ ਜਿਵੇਂ ਸਕੂਟਰ ਮੋਟਰਸਾਈਕਲ ਮੋਟਰ ਵਿੱਚ ਵਰਤੀ ਜਾਂਦੀ ਹੈ ਸਿੰਗਲ ਪੀਸ ਕਨੈਕਟਿੰਗ ਰਾਡ ਉਸੇ ਇੰਜਨ ਵਿੱਚ ਵਰਤੀ ਜਾਂਦੀ ਹੈ ਜਿਸ ਇੰਜਨ ਵਿੱਚ ਕ੍ਰੈਂਕ ਸ਼ਾਫਟ ਟੂ ਪੀਸ ਹੋਵੇ ਦੋ ਅਲੱਗ ਅਲੱਗ ਹੋਇਆ ਮਾਊਂਟਿੰਗ ਉਸ ਦੀ ਅਲੱਗ ਅਲੱਗ ਹੋ ਜਾਣ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਟੂ ਪੀਸ ਕਨੈਕਟਿੰਗ ਰਾਡ ਟੂ ਪੀਸ ਕਨੈਕਟਿੰਗ ਰਾਡ ਉਸ ਤੋਂ ਵੱਡੇ ਇੰਜਨ ਐਲ ਐਮ ਬੀ ਕਾਰ ਟਰੱਕ ਸਟੇਸ਼ਨਰੀ ਇੰਜਨ ਜਾਂ ਕਿਸੇ ਰੇਲ ਇੰਜਨ ਵਿੱਚ ਵਰਤੇ ਜਾਂਦੇ ਹਨ ਜੋ ਕਿ ਵੱਡੇ ਹੈਵੀ ਡਿਊਟੀ ਇੰਜਨਾਂ ਵਿੱਚ ਵਰਤੀ ਜਾਂਦੀ ਹੈ ਇਹ ਸਿੰਗਲ ਪੀਸ ਕਨੈਕਟਿੰਗ ਰਾਡ ਪ੍ਰੈਸਰ ਜਾਂ ਹੋਰ ਕਿਸੇ ਪਾਵਰ ਦੀ ਸਹਾਇਤ ਨਾਲ ਹੀ ਫਿੱਟ ਕੀਤੀ ਜਾਂਦੀ ਹੈ ਅਤੇ ਟੂ ਪੀਸ ਕਨੈਕਟਿੰਗ ਰਾਡ ਨਟ ਬੋਲਟ ਦੀ ਸਹਾਇਤ ਨਾਲ ਇਸਦਾ ਬਿਗ ਐਂਡ ਦੋ ਭਾਗਾਂ ਵਿੱਚ ਵੰਡਿਆ ਹੈ ਉੱਪਰਲਾ ਭਾਗ ਕਨੈਕਟਿੰਗ ਰਾਡ ਨਾਲ ਹੀ ਲੱਗਿਆ ਰਹਿੰਦਾ ਹੈ ਅਤੇ ਨੀਚਲਾ ਭਾਗ ਜਿਸ ਨੂੰ ਅਸੀਂ ਕੈਪ ਕਹਿੰਦੇ ਹਾਂ ਉਹ ਅਲੱਗ ਹੋ ਜਾਂਦਾ ਹੈ ਸਿੰਗਲ ਪੀਸ ਕਨੈਕਟਿੰਗ ਰਾਡ ਵਿੱਚ ਰੋਲਰ ਬੈਰਿੰਗ ਜਾਂ ਸਿੰਪਲ ਬੈਰਿੰਗ ਵੀ ਵਰਤੇ ਜਾਂਦੇ ਹਨ ਅਤੇ ਟੂ ਪੀਸ ਕਨੈਕਟਿੰਗ ਰਾਡ ਵਿੱਚ ਬੂਸਟਰ ਬੈਰਿੰਗ ਵਰਤੇ ਜਾਂਦੇ ਜਿਹਨੂੰ ਬੈਰਿੰਗ ਸੈੱਟ ਕਹਿ ਦਿੰਦੇ ਹਨ ਇਹ ਬ੍ਰਾਂਜ ਜਾਂ ਗਨ ਮੈਟਲ ਦੇ ਬਣੇ ਹੁੰਦੇ ਹਨ ਇਸ ਦੀ ਜ਼ਰੂਰਤ ਇਸ ਲਈ ਹੈ ਜੋ ਕਿ ਸ਼ਖਸ ਪਿਸਟਨ ਸਟ੍ਰੋਕ ਪੂਰੇ ਕਰਦਾ ਹੈ ਜਿਵੇਂ ਪਹਿਲੇ ਸੰਕਸ਼ਨ ਸਟ੍ਰੋਕ ਵਿੱਚ ਇਹ ਪਿਸਟਨ TDC ਟੂ BDC ਚੱਲਦਾ ਹੈ ਉਸ ਨੂੰ ਪੁੱਲ ਕਰਦੀ ਹੈ ਥੱਲੇ ਨੂੰ ਖਿੱਚਦੀ ਹੈ ਅਤੇ ਦੂਸਰਾ ਸਟ੍ਰੋਕ ਕੰਪਰੈਸ਼ਨ ਸਟ੍ਰੋਕ ਕ੍ਰੈਂਕਰ ਤੋਂ ਹੀ ਇਹ ਐਨਰਜੀ ਲੈ ਕੇ ਪਿਸਟਨ ਨੂੰ ਪੁਸ਼ ਕਰਦੇ ਹੋ ਉੱਪਰ ਵੱਲ TDC ਟੌਪ ਡੈਡ ਸੈਂਟਰ ਵੱਲ ਧੱਕਦੀ ਹੈ ਅਤੇ ਤੀਸਰਾ ਸਟ੍ਰੋਕ ਪਾਵਰ ਸਟ੍ਰੋਕ ਵਿੱਚ ਇੰਜਨ ਵਿੱਚ ਬਲਾਕ ਵਿੱਚ ਕੰਪਰੈਸ਼ਨ ਹੋਈ ਹਵਾ ਨੂੰ ਕੰਪਰੈਸਰ ਵਿੱਚ ਬਲਾਸਟ ਹੁੰਦਾ ਹੈ ਅਤੇ ਬਲਾਸਟ ਤੋਂ ਪਾਵਰ ਹੋਈ ਐਨਰਜੀ ਨੂੰ ਇਹ ਕ੍ਰੈਂਕ ਸ਼ਾਫਟ ਤੱਕ ਹੀ ਪਹੁੰਚਾਉਂਦੀ ਹੈ ਨਾਲ ਹੀ ਇਹ ਰੈਸੀਪ੍ਰੋਕੇਟਿੰਗ ਮੋਸ਼ਨ ਨੂੰ ਰੋਟਰੀ ਮੋਸ਼ਨ ਵਿੱਚ ਬਦਲਦੀ ਹੈ ਤੁਹਾਨੂੰ ਪਤਾ ਹੈ ਪਿਸਟਨ ਅਪ ਡਾਊਨ ਜਾਨੀ ਕਿ ਰੈਸੀਪ੍ਰੋਕੇਟਿੰਗ ਮੋਸ਼ਨ ਅਤੇ ਕ੍ਰੈਂਕ ਸ਼ਾਫਟ ਗੋਲ ਘੁੰਮਦੀ ਹੈ ਜਿਸ ਨੂੰ ਰੋਟਰੀ ਮੋਸ਼ਨ ਕਹਿੰਦੇ ਹਨ ਇਹ ਕਨੈਕਟਿੰਗ ਰਾਡ ਹੀ ਹੈ ਜੋ ਰੈਸੀਪ੍ਰੋਕੇਟਿੰਗ ਮੋਸ਼ਨ ਨੂੰ ਰੋਟਰੀ ਮੋਸ਼ਨ ਵਿੱਚ ਕਨਵਰਟ ਕਰਦੀ ਹੈ ਇਸ ਲਈ ਬਣਾਉਣ ਦੀ ਵਿਧੀ ਡਰੌਪ ਫੋਰਜਿੰਗ ਵਿਧੀ ਕਹਾਉਂਦੀ ਹੈ ਜ਼ਿਆਦਾਤਰ ਇਹ ਇਸ ਦੀ ਤਾਂ ਡਰੌਪ ਫੋਰਜਿੰਗ ਸਟੀਲ ਜਿਹਨੂੰ ਫੋਰਜਿੰਗ ਸਟੀਲ ਵੀ ਕਹਿੰਦੇ ਹਨ ਉਸ ਦੀ ਬਣੀ ਜਾਂਦੀ ਹੈ ਇਹਨੂੰ ਦੋ ਤਰ੍ਹਾਂ ਨਾਲ ਆਪਾਂ ਲੁਬਰੀਕੈਂਟ ਕਰ ਸਕਦੇ ਹਾਂ ਜਿਸ ਨੂੰ ਪਹਿਲਾਂ ਸਪਲੈਸ਼ ਜਾਨੀ ਕਿ ਇੱਕ ਡਿਪਸ਼ੀਟਰ ਜਾਂ ਸਪਲੈਸ਼ ਵੀ ਕਹਿ ਸਕਦੇ ਹਾਂ ਜਿਸ ਵਿੱਚ ਚੈਂਬਰ ਵਿੱਚ ਆਲ ਚੈਂਬਰ ਵਿੱਚ ਪਏ ਤੇਲ ਵਿੱਚ ਡੁੱਬਦੀ ਹੈ ਅਤੇ ਡਿਪ ਕਰਦੀ ਹੈ ਅਤੇ ਸਾਰਾ ਇਹ ਬਿਗ ਐਂਡ ਸਾਫਟ ਬੈਰਿੰਗ ਨੂੰ ਲੁਬਰੀਕੇਟ ਕਰਦਾ ਦੂਜੀ ਵਿਧੀ ਪ੍ਰੈਸ਼ਰ ਲੁਬਰੀਕੇਟਿੰਗ ਪ੍ਰੈਸ਼ਰ ਲੁਬਰੀਕੇਟਿੰਗ ਵਿੱਚ ਆਲ ਪੰਪ ਤੋਂ ਇਸ ਨੂੰ ਇੱਕ ਇੰਜੈਕਟਰ ਜਾਂ ਇੰਜੈਕਟਰ ਦੁਆਰਾ ਇਸਦੇ ਭਾਗ ਕਿਸੇ ਵੀ ਭਾਗ 'ਤੇ ਇੱਕ ਛੇਕ ਬਣਿਆ ਹੁੰਦਾ ਉਸ ਵਿੱਚ ਇੰਜੈਕਟਰ ਦੁਆਰਾ ਇਸ ਨੂੰ ਧੱਕਿਆ ਜਾਂਦਾ ਹੈ ਅਤੇ ਸ਼ੰਕ ਵਿੱਚ ਦੀ ਇੱਕ ਬ੍ਰਿਲੀਅੰਟ ਚੀਜ਼ ਹੁੰਦੀ ਹੈ ਜਿਸ ਵਿੱਚ ਇੱਥੋਂ ਪ੍ਰੈਸ਼ਰ ਨਾਲ ਉੱਪਰਲੇ ਸਮਾਨ ਐਂਡ ਬੈਰਿੰਗ ਵਿੱਚ ਆਇਲ ਜਾਂਦਾ ਹੈ ਅਤੇ ਲੁਬਰੀਕੇਟ ਕਰਦਾ ਹੈ ਧੰਨਵਾਦ ਇਹ ਦਾ ਸਿੰਗਲ ਪੀਸ ਕਨੈਕਟਿੰਗ ਰਾਡ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਇਹ ਕਨੈਕਟ
ਸਤੂਤ ਇਸ ਕਨੈਕਟਡ ਆ ਜਾਂ ਕੋਟ ਦੀ ਮਦਦ ਨਾਲ ਜੋ ਕਿ ਆ ਲਾਈਨ ਲਾਈਨ ਲਗਾ ਲਈ ਇਹ ਹੁਣ ਹੁੰਦਾ ਇਧਰੋਂ ਬੋਲਟ ਕਸੇ ਪਾਇਆ ਤੇ ਕਸੇ ਜਾਂਦੇ ਹਨ ਇਹ ਤੁਹਾਨੂੰ ਪਤਾ ਹੈ ਇਹਨੂੰ ਰੋਡ ਕਹਿੰਦੇ ਨੇ ਇਹ ਦੋਨੇ